ਸਵਾਗਤ ਹੈ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਮਿੱਤ ਸਿੰਧਲ ਪਿਆਰੇ ਵਿਦਿਆਰਥੀਓ ਜਿਵੇਂ ਕਿ ਸ਼ਾਮ ਨੂੰ ਵੀਡੀਓ ਪਾ ਕੇ ਦੱਸਿਆ ਗਿਆ ਸੀ ਕਿ ਜੋ ਕੈਂਡੀਡੇਟ ਸਿਲੈਕਟ ਹੋਏ ਨੇ ਉਹਨਾਂ ਦੀ ਲਿਸਟ ਹੈ ਜੋ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਪਾ ਦਿੱਤੀ ਗਈ ਹੈ ਤਾਂ ਹੁਣ ਫੇਰ ਇੱਕ ਨਵਾਂ ਅਫੀਸ਼ੀਅਲ ਪਬਲਿਕ ਨੋਟਿਸ ਹੈ ਜੋ ਬੋਰਡ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜਿਦੇ ਵਿੱਚ ਦੱਸਿਆ ਗਿਆ ਕਿ ਜੋ 3704 ਮਾਸਟਰ ਕਾਟਰ ਦੀਆਂ ਪੋਸਟਾਂ ਦੇ ਲਈ ਅਧਿਆਪਕ ਸਿਲੈਕਟ ਹੋਏ ਨੇ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੇ ਲਈ ਸੱਦਾ ਦਿੱਤਾ ਗਿਆ ਹੈ ਤੇ ਇਹ ਨਿਯੁਕਤੀ ਪੱਤਰ ਦੀ ਜਗ੍ਹਾ ਮਤੀ ਦੇ ਬਾਰੇ ਇਸ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਇਹਦੇ ਵਿੱਚ ਦੱਸਿਆ ਗਿਆ ਜੀ ਜੋ ਲਿਸਟ ਵਿਭਾਗ ਨੇ ਆਪਣੀ ਅਫੀਸ਼ੀਅਲ ਵੈੱਬਸਾਈਟ ਦੇ ਉੱਪਰ ਪਾਈ ਸੀ ਉਹਨਾਂ ਉਮੀਦਵਾਰਾਂ ਨੂੰ 26 ਫਰਵਰੀ 2021 ਨੂੰ ਹੇਠਾਂ ਦਰਸਾਏ ਗਏ ਅਨੁਸਾਰ ਆਪਣਾ ਨਿੱਜੀ ਤੌਰ ਤੇ ਨਿਯੁਕਤੀ ਪੱਤਰ ਲੈਣ ਦੇ ਲਈ ਨਾਲ ਨੱਥੀ ਸਵੈ ਘੋਸ਼ਨਾ ਪੱਤਰ ਭਰ ਕੇ ਲੈ ਕੇ ਜਾਣਾ ਅਤੇ ਆਪਣੇ ਨਾਲ ਅਪਲਾਈ ਕਰਨ ਦਾ ਸਬੂਤ ਪਛਾਣ ਪੱਤਰ ਤੇ ਇਹ ਲਿਖੇ ਸਮੇਂ ਤੇ ਸਥਾਨ ਤਿੰਨ ਸਰਪੰਚ ਜੀ ਕੈਟਾਗਰੀ ਹੈ ਸਾਇੰਸ ਮੈਰਿਟ ਹੈ ਸਮਾਂ ਤੇ ਸਥਾਨ ਜਰਨਲ ਦੇ 1 ਤੋਂ ਲੈ ਕੇ 100 ਤੱਕ ਵਿਦਿਆਰਥੀ ਸਵੇਰੇ 9:30 ਵਜੇ ਸ਼ਿਵਾਲਿਕ ਸਕੂਲ ਫੇਜ 6 ਐਸਐਸ ਨਗਰ ਦੇ ਵਿੱਚ ਪਹੁੰਚਣਗੇ ਜਰਨਲ ਦੇ 101 ਤੋਂ ਉੱਪਰਲੇ ਕੈਂਡੀਡੇਟ ਨੇ ਜੋ ਉਹ 9:10 ਵਜੇ ਪਹੁੰਚਣਗੇ ਸਾਰੇ ਕੈਂਡੀਡੇਟ ਨੇ ਜੋ ਜਨਰਲ, ईएसएम, एसएससीआरओ, एसएससीआरओ, ईएसएम, ईडब्ल्यूएस ਕੈਟਾਗਰੀ ਉਹਨਾਂ ਨੇ 11:30 ਵਜੇ ਸੇਮ ਜਗ੍ਹਾ ਦੇ ਉੱਪਰ ਪਹੁੰਚਣਾ। ਉਸ ਤੋਂ ਬਾਅਦ ਆਲ ਕੈਂਡੀਡੇਟਸ ਨੇ ਉਪ BC, BCESM, ਹੈਂਡੀਕੈਪਡ EWS ਅਗੇਂਸਟ ਓਪਨ FF ਕੈਟਾਗਰੀ। ਉਹਨਾਂ ਨੇ 12:45 ਤੇ ਤੇ ਆਲ ਕੈਂਡੀਡੇਟ ਨੇ ਜੋ SC, MM ਐਂਡ B ਦੇ ਉਹ 1:45 ਤੇ ਸ਼ਿਵਾਲਿਕ ਸਕੂਲ ਫੇਜ 6 ਐਸਐਸ ਨਗਰ ਦੇ ਵਿੱਚ ਪਹੁੰਚਣਗੇ ਸਾਇੰਸ ਵਿਸ਼ੇ ਦੇ। ਅੱਗੇ ਨੀਂਜੀ ਇਸ ਤਰ੍ਹਾਂ ਸਾਰੇ ਕੈਂਡੀਡੇਟ ਨੇ ਜੋ ਮੈਥ ਵਾਲੇ ਕੈਂਡੀਡੇਟ ਨੇ ਉਹ ਜਨਰਲ ਕੈਟਾਗਰੀ ਨੇ ਜੋ 2:15 ਤੇ ਸ਼ਿਵਾਲਿਕ ਸਕੂਲ ਫੇਜ 6 ਐਸਐਸ ਨਗਰ ਐਸਸੀਐਮਐਂਡਬੀ ਕੈਟਾਗਰੀ 3:15 ਤੇ ਸ਼ਾਮ ਨੂੰ ਤੇ ਆਲ ਕੈਂਡੀਡੇਟਸ ਆਫ ਕੈਂਡੀਡੇਟਸ ਆਫ ਬੀਸੀ ਬੀਸੀਈਐਸਐਮ ਈਡਬਲਯੂਐਸ ਸਵਾ 4:00 ਸ਼ਾਮ ਨੂੰ ਤੇ ਅਦਰ ਕੈਂਡੀਡੇਟ ਨੇ ਜੋ ਐਸਸੀਆਰ ਐਂਡ ਓ ਈਐਸਐਮ ਐਸਸੀਐਮਐਂਡਬੀ ਈਐਸਐਮ SCR and O handicapped category ਆ ਜੋ ਸ਼ਾਮ ਦੇ 5:30 ਵਜੇ ਸ਼ਿਵਾਲਿਕਾ ਸਕੂਲ ਫੇਜ 6 ਐਸਐਸ ਨਗਰ ਦੇ ਵਿੱਚ ਪਹੁੰਚਣਗੇ ਇਨਸਟਰਕਸ਼ਨ ਕੀ ਨੇ ਉਹ ਤੁਹਾਨੂੰ ਦੱਸ ਚੁੱਕੇ ਆ ਅੰਗਰੇਜ਼ੀ ਦੇ ਕੈਂਡੀਡੇਟ ਦੇ ਬਾਰੇ ਦੱਸਿਆ ਗਿਆ ਜੀ ਉਹ ਪਹੁੰਚਣਗੇ ਸਮਾਂ ਸਾਰਿਆਂ ਦਾ ਸੇਮ ਹੈ ਜੀ ਜੋ ਡੇਟ ਹੈ ਉਹ 26 ਫਰਵਰੀ 2021 ਅੰਗਰੇਜ਼ੀ ਦੇ ਕੈਂਡੀਡੇਟ ਨੇ ਜੋ ਪੰਜਾਬ ਸਕੂਲ ਸਿੱਖਿਆ ਬੋਰਡ ਆਡੀਟੋਰੀਅਮ ਫੇਜ 8 ਐਸਐਸ ਨਗਰ ਦੇ ਵਿੱਚ ਇਸ ਸ਼ੈਡਿਊਲ ਦੇ ਅਨੁਸਾਰ ਪਹੁੰਚਣਗੇ ਉਸ ਤੋਂ ਬਾਅਦ ਜੀ ਸਮਾਜਿਕ ਸਿੱਖਿਆ ਦੇ ਸਾਰੇ ਕੈਂਡੀਡੇਟ ਹਿੰਦੀ ਦੇ ਸਾਰੇ ਕੈਂਡੀਡੇਟ ਅਤੇ ਪੰਜਾਬੀ ਦੇ ਸਾਰੇ ਕੈਂਡੀਡੇਟ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਨਾ ਐਸ ਐਸ ਨਗਰ ਦੇ ਵਿੱਚ ਸਮਾਜਿਕ ਸਿੱਖਿਆ ਦੇ ਕੈਂਡੀਡੇਟ ਸਾਰੇ 9:30 ਵਜੇ ਸਵੇਰੇ ਹਿੰਦੀ ਦੇ ਕੈਂਡੀਡੇਟ 11:30 ਵਜੇ ਸਵੇਰੇ ਤੇ ਪੰਜਾਬੀ ਦੇ ਕੈਂਡੀਡੇਟ 1:30 ਵਜੇ ਸ਼ਾਮ ਨੂੰ ਰਤਨ ਪ੍ਰੋਫੈਸ਼ਨਲ ਕਾਲਜ ਸੋਹਾਨਾ ਦੇ ਵਿੱਚ ਐਸਐਸ ਨਗਰ ਦੇ ਵਿੱਚ ਆਪਣੇ ਨਿਯੁਕਤੀ ਪੱਤਰ ਲੈਣ ਦੇ ਲਈ ਪਹੁੰਚਣਗੇ ਦੱਸਿਆ ਗਿਆ ਜੀ ਕਿ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੈ ਮਾਸਕ ਲਗਾਉਣਾ ਹੈ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਹੈ ਅਤੇ ਉਮੀਦਵਾਰ ਆਪਣੇ ਨਿਰਧਾਰਿਤ ਸਮੇਂ ਤੇ ਹੀ ਨਿਸ਼ਚਿਤ ਸਥਾਨ ਤੇ ਪਹੁੰਚਣਗੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਕਿਸੇ ਵੀ ਉਮੀਦਵਾਰ ਨੂੰ ਐਂਟਰਟੇਨ ਨਹੀਂ ਕੀਤਾ ਜਾਵੇਗਾ ਇਹਸੀ ਜੋ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਜੋ ਡਾਇਰੈਕਟਰ ਸਿੱਖਿਆ ਵਿਭਾਗ ਸਕੈਂਡਰੀ ਸਿੱਖਿਆ ਪੰਜਾਬ ਦੇ ਵੱਲੋਂ ਜਾਰੀ ਕੀਤਾ ਗਿਆ ਪੂਰਾ ਨੋਟੀਫਿਕੇਸ਼ਨ ਹੈ ਜੋ ਤੁਸੀਂ ਉਸ ਨੂੰ ਦੇਖ ਸਕਦੇ ਹੋ ਤੇ ਆਪਣੀ ਕੈਟਾਗਰੀ ਦੇ ਅਨੁਸਾਰ ਨਿਰਧਾਰਿਤ ਸਮੇਂ ਤੇ ਨਿਰਧਾਰਿਤ ਮਿਤੀ ਦੇ ਉੱਪਰ ਤੁਸੀਂ ਆਪਣੇ ਨਿਯੁਕਤੀ ਪੱਤਰ ਲੈਣ ਦੇ ਲਈ ਜਾਣਾ ਹੈ ਨਿਯੁਕਤੀ ਪੱਤਰ ਦੇ ਲਈ ਦੁਬਾਰੇ ਦੱਸਦੀ ਆ ਤੁਹਾਨੂੰ ਨਿਜੀ ਤੌਰ ਤੇ ਨਿਯੁਕਤੀ ਪੱਤਰ ਲੈਣ ਦੇ ਲਈ ਨਾਲ ਨੱਥੀ ਸਵੈ ਘੋਸ਼ਨਾ ਦਾ ਫਾਰਮ ਹੈ ਜੋ ਇਸੇ ਉਹ ਨੋਟੀਫਿਕੇਸ਼ਨ ਦੇ ਨਾਲ ਹੀ ਜੋ ਵਿਭਾਗ ਨੇ ਆਪਣੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਪਾਇਆ ਤੇ ਨਾਲ ਆਪਣਾ ਅਪਲਾਈ ਕਰਨ ਦਾ ਸਬੂਤ ਤੇ ਆਪਣਾ ਨਾਲ ਪਛਾਣ ਪੱਤਰ ਲੈ ਕੇ ਤੁਸੀਂ ਇਹ ਨਿਯੁਕਤੀ ਪੱਤਰ ਲੈਣ ਦੇ ਲਈ ਜਾਣਾ ਹੈ ਏਸੀਜੀ ਵੀਡੀਓ ਜੋ ਕਿ ਪਬਲਿਕ ਨੋਟਿਸ ਹੈ ਦਫਤਰ ਡਾਇਰੈਕਟਰ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ